किसान वखरा दिन महीने साल दा साल दा सचल चढ़िया मीना दे लाल दा चल चढ़िया मीना दे लाल दा चल चढ़िया चल चढ़िया चल चढ़िया चल चढ़िया चल चढ़िया मीना दे लाल दा ਡਿੱਗਦੀ ਸੀ ਕਦੀ ਡੈਂਦੀ ਸੀ ਉਹਨੂੰ ਕੋਲ ਨਾ ਕੋਈ ਬਿਠਾਉਂਦਾ ਸੀ ਕਈ ਸੁਭਾਨ ਅੱਲਾਹ ਕਦੀ ਡਿੱਗਦੀ ਸੀ ਕਦੀ ਡੈਂਦੀ ਸੀ ਉਹਨੂੰ ਕੋਲ ਨਾ ਕੋਈ ਬਿਠਾਉਂਦਾ ਸੀ ਉਹਨੂੰ ਨਾਲ ਨਾ ਕੋਈ ਰਲਾਉਂਦਾ ਸੀ ਉਹਦੀ ਲੱਗਦੀ ਕਿਵੇਂ ਦਿਹਾੜੀ ਸੀ ਉਹਦੀ ਡਾਚੀ ਸਭ ਤੋਂ ਮਾੜੀ ਸੀ ਉਸ ਡਾਚੀ ਦੀ ਜੋ ਮਾਈ ਸੀ ਉਹਦਾ ਨਾਮ ਹਲੀਮਾ ਦਾਈ ਸੀ ਉਹਦਾ ਨਾਮ ਹਲੀਮਾ ਦਾਈ ਸੀ ਉਹਨੇ ਹਰ ਬੂਹਾ ਖੜਕਾਇਆ ਏ ਉਹਨੂੰ ਖੈਰ ਕਿਤੋਂ ਨਾ ਪਾਇਆ ਏ ਜਦੋਂ ਖੈਰ ਕਿਤੋਂ ਨਾ ਪਾਇਆ ਏ ਜਦੋਂ ਸਾਰਿਓ ਪਾਸਿਓ ਰਹਿ ਗਈਏ ਸਰਕਾਰ ਦੇ ਬੂਹੇ ਰਹਿ ਗਈਏ ਕਹੀਏ ਸੁਭਾਨ ਅੱਲਾਹ ਜਦੋਂ ਸਾਰਿਓ ਪਾਸਿਓ ਰਹਿ ਗਈਏ ਉਹ ਸਰਕਾਰ ਦੇ ਬੂਹੇ ਬਹਿ ਗਈਏ ਉਹਨੇ ਉਹ ਬੂਹਾ ਖੜਕਾਇਆ ਏ ਜਿੱਥੋਂ ਖਾਲੀ ਨਾ ਕੋਈ ਮੁੜਿਆ ਏ ਰਹਿਮਤ ਦਾ ਚੁੱਲ੍ਹਾ ਜੁਲਿਆ ਏ ਸਰਕਾਰ ਦਾ ਬੂਹਾ ਖੁੱਲਿਆ ਏ ਕਲੋਨੀ ਬਾਹਰ ਆਉਂਦੀ ਏ ਬਾਹੋਂ ਪਕੜ ਅੰਦਰ ਲੈ ਜਾਂਦੀ ਏ ਤੇ ਕੀ ਆਖਦੀ ਏ ਕਿ ਐ ਹਲੀਮਾ ਤੈਨੂੰ ਇੱਕ ਸੋਹਣਾ ਮੁੱਖ ਵੀ ਖਾਵਾਂ ਮੈਂ ਸਾਡੇ ਵੇੜਿਓ ਚੰਨ ਚੜਿਆ ਏ ਜਿੰਦਾ ਚੰਨ ਨੇ ਵੀ ਕਲਮਾ ਪੜਿਆ ਏ ਸਚਲ ਚੜਿਆ ਬਿਨਾ ਦੇ ਲਾਲ ਦਾ ਚਲ ਚੜਿਆ ਬਿਨਾ ਦੇ ਲਾਲ ਦਾ ਚਲ ਚੜਿਆ ਚਲ ਚੜਿਆ ਚਲ ਚੜਿਆ ਚਲ ਚੜਿਆ ਬਿਨਾ ਦੇ ਲਾਲ ਦਾ ਕਬਰ ਦੇ ਵਿੱਚ ਤਿੰਨਾ ਇੱਕ ਜਵਾਬ ਇੱਕ ਜਵਾਬ ਕੀ ਜਵਾਬ ਦਿਆਂਗਾ ਕਿ ਮੈਂ ਤੇ ਮੰਗਦਾ ਹਾਂ ਨਬੀ ਦੀ ਆਲ ਦਾ 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 ਕਬਰ ਦੇ ਵਿੱਚ ਤਿੰਨਾ ਸਵਾਲ ਤਿੰਨ ਸਵਾਲ ਹੋਣੇ ਨੇ ਮਗਰ ਅਸੀਂ ਇੱਕੋ ਹੀ ਜਵਾਬ ਦੇਣਾ ਸਰਕਾਰ ਦੇ ਆਸ਼ਕ ਇੱਕੋ ਜਵਾਬ ਦੇਣਾ ਕਬਰ ਦੇ ਵਿੱਚ ਤਿੰਨਾ ਸਵਾਲ ਦਾ ਮੈਂ ਦਿਆਂਗਾ ਇੱਕ ਜਵਾਬ ਇੱਕ ਜਵਾਬ ਕਿ ਮੈਂ ਤੇ ਮੰਗਦਾ ਹਾਂ ਨਬੀ ਦੀ ਆਲ ਦਾ ਮੈਂ ਤੇ ਮੰਗਦਾ ਹਾਂ ਨਬੀ ਦੀ ਆਲ ਦਾ ਚਲ ਚੜਿਆ ਮੀਨਾ ਦੇ ਲਾਲ ਦਾ ਚਲ ਚੜਿਆ ਮੀਨਾ ਦੇ ਲਾਲ ਦਾ ਸਚਲ ਚੜਿਆ ਮੀਨਾ ਦੇ ਲਾਲ ਦਾ